ਲੁਧਿਆਣਾ ਦੇ ਵਿੱਚ ਪਿਟਬੁਲ ਕੁੱਤੇ ਦਾ ਆਤੰਕ ਦੇਖਣ ਨੂੰ ਮਿਲਿਆ, ਜਿੱਥੇ ਮੋਰ ਸਿੰਘ ਨਗਰ ਇਲਾਕੇ ਦੇ ਵਿੱਚ ਪਿਟਬੁਲ ਕੁੱਤੇ ਨੇ ਇੱਕ ਮਹਿਲਾ ਤੇ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤੇ ਨੇ ਕਰੀਬ 15 ਮਿੰਟ ਤੱਕ ਮਹਿਲਾ ਦੀ ਬਾਂਹ ਨੂੰ ਆਪਣੇ ਜਬਾੜੇ ਵਿੱਚ ਫੜੀ ਰੱਖਿਆ। ਇਸ ਦੌਰਾਨ ਲੋਕਾਂ ਨੇ ਜੱਦੋ ਜਹਿਦ ਦੇ ਨਾਲ ਮਹਿਲਾ ਨੂੰ ਪਿਟਬੁਲ ਦੇ ਸ਼ਿਕੰਜੇ ਤੋਂ ਛੁਡਵਾਇਆ ਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਪੀੜਤ ਮਹਿਲਾ ਦੀ ਪਹਿਚਾਣ ਰੀਤੂ ਵਜੋਂ ਹੋਈ ਹੈ। ਮਹਿਲਾ ਮੁਤਾਬਕ ਉਹ ਗਲੀ ਵਿੱਚੋਂ ਲੰਘ ਰਹੀ ਸੀ। ਇਸ ਦੌਰਾਨ ਇੱਕ ਘਰ ਦੇ ਵਿੱਚੋਂ ਪਿਟਬੁਲ ਕੁੱਤਾ ਭੱਜਾ ਆਇਆ, ਜਿਸ ਨੇ ਆਉਂਦਿਆਂ ਹੀ ਪਹਿਲਾਂ ਉਸ ਦੀ ਲੱਤ ਵੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਸ ਦੌਰਾਨ ਕੁੱਤੇ ਨੇ ਉਸ ਦੀ ਬਾਂਹ ਫੜ ਲਈ। ਮਹਿਲਾ ਦੀ ਚੀਕ ਸੁਣ ਕੇ ਕੁੱਤੇ ਦੇ ਮਾਲਕ ਅਤੇ ਲੋਕ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਕੜੀ ਮੁਸ਼ਕਤ ਦੇ ਨਾਲ ਮਹਿਲਾ ਨੂੰ ਪਿਟਬੁਲ ਦੇ ਸ਼ਿਕੰਜੇ ਤੋਂ ਛੁਡਵਾਇਆ। ਘਟਨਾ ਤੋਂ ਬਾਅਦ ਕੁੱਤੇ ਦੇ ਮਾਲਕਾਂ ਵੱਲੋਂ ਮਾਫੀ ਮੰਗੀ ਜਾ ਰਹੀ ਹੈ ਤੇ ਪੀੜਤ ਮਹਿਲਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਬਸ ਗਲੀ ਵਿੱਚੋਂ ਆਪਣੇ ਘਰ ਨੂੰ ਜਾ ਰਹੀ ਸੀਗੀ, ਅਚਾਨਕ ਦਰਵਾਜ਼ਾ ਖੁੱਲ੍ਹਿਆ ਤਾਂ ਕੁੱਤੇ ਨੇ ਭੱਜ ਗਿਆ ਕਿ ਦਰਵਾਜ਼ੇ ਦੇ ਵਿੱਚੋਂ ਪਹਿਲਾਂ ਮੇਰੀ ਲੱਤ ਨੂੰ ਫੜਿਆ, ਲੱਤ 'ਤੇ ਉਹਦਾ ਗ੍ਰਿਪ ਨਹੀਂ ਬਣਿਆ ਤਾਂ ਉਹਨੇ ਮੇਰੀ ਬਾਂਹ ਨੂੰ ਫੜ ਲਿਆ। ਕਿੰਨੀ ਦੇਰ ਤੱਕ ਇਹਨੇ ਤੁਹਾਨੂੰ ਬਾਈਟ ਕਰੀ ਰੱਖਿਆ? ਘੱਟੋ ਘੱਟ 10-15 ਮਿੰਟ ਨੂੰ ਬਾਈਟ ਕਰਕੇ ਰੱਖਿਆ, ਉਹ ਛੱਡ ਨਹੀਂ ਸੀ ਰਿਹਾ ਹੈਗਾ। ਕਾਫੀ ਲੋਕਾਂ ਨੇ ਆ ਕੇ ਫਿਰ ਉਹਨੂੰ ਕੁੱਤੇ ਨੂੰ ਇੱਕ ਨੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਨੇ ਖੁਦ ਵੀ ਜਿਹੜੇ ਘਰ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਆ ਕੇ ਕੁੱਤੇ ਨੂੰ ਮੂੰਹ ਉਹਦਾ ਖੋਲ ਰਹੇ ਸੀ, ਪਰ ਕੁੱਤਾ ਛੱਡ ਹੀ ਨਹੀਂ ਸੀ ਰਿਹਾ ਹੈਗਾ। ਬਾ ਕੁੱਤਾ ਪਿਟਬੁਲ ਸੀ। ਕਿੰਨੀ ਦੇਰ ਪਹਿਲੇ ਦੀ ਗੱਲ ਹੈ? ਇਹ ਹੋਵੇ 12:30 ਵਜੇ, 1 ਵਜੇ ਦੀ ਗੱਲ ਹੈ ਜੀ। ਤੇ ਤੁਸੀਂ ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀ? ਸੀਐਮਸੀ ਬੈਂਕ ਤੋਂ ਜਾ ਰਹੀ ਹਾਂ। ਸੀਐਮਸੀ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਮੈਂ। ਤੁਸੀਂ ਇਕੱਲੇ ਸੀਗੇ? ਹਾਂਜੀ, ਮੈਂ ਇਕੱਲੀ ਸੀ। ਕਹਿੰਦੇ ਬੜੇ ਸਾਰੇ ਲੋਕਾਂ ਨੇ ਛੜਾਇਆ, ਕਿੰਨੇ ਕੁ ਲੋਕ ਇਕੱਠੇ ਹੋ ਗਏ? ਘੱਟੋ ਘੱਟ 10-15 ਜਣੇ ਇਕੱਠੇ ਹੋ ਗਏ। ਤੁਸੀਂ ਪੈਦਲ ਸੀਗੇ ਜਾਂ ਜ਼ਿਆਦਾ ਹੀ ਹੋਣੀ? ਮੈਂ ਪੈਦਲ ਸੀ। ਪਹਿਲਾਂ ਵੀ ਕਦੀ ਕੁੱਤੇ ਨੇ ਕਿਸੇ ਨੂੰ ਵੱਢੇ? ਇਹ ਕੁੱਤੇ ਗਲੀਆਂ 'ਚ ਵੈਸੇ ਬਹੁਤ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੇ ਨੇਗੇ, ਅਵਾਰਾ ਕੁੱਤੇ ਬਹੁਤ ਫਿਰਦੇ ਉੱਧਰ ਦਾ। ਜਿਹੜਾ ਓਨਰ ਆ ਉਹ ਕੀ ਕਹਿੰਦੇ? ਓਨਰ ਸਾਡੇ ਤੋਂ ਮਾਫੀ ਮੰਗ ਰਿਹਾ, ਕਹਿ ਰਿਹਾ ਵੀ ਮਾਫ ਕਰ ਦਿਓ, ਵੀ ਗਲਤੀ ਹੋ ਗਈ ਸਾਡੇ ਤੋਂ। ਮੈਂ ਹੁਣੀ ਆ ਜਾਂਦੀ ਬੱਚਿਆਂ ਨੂੰ ਛੁੱਟੀ ਸਕੂਲ, ਵੈਸੇ ਬੱਚੇ ਮੇਰੇ ਸਕੂਲ ਉਹੀ ਰਾਹ ਆ ਸਾਡੇ ਘਰ ਦਾ, ਉਹੀ ਰਾਹ ਮੇਨ ਦਾ। ਘੱਟੋ ਘੱਟ ਬਾਈ ਜ਼ਿਆਦਾ ਨਹੀਂ ਤੇ 10-12 ਦਾ ਹੁੰਦਾ ਬਾਈ, 10-12 ਕੁੱਤੇ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ, ਫਿਰ ਉਹਨਾਂ ਨੇ ਛਡਾਇਆ। ਡਾਕਟਰ ਤਾਂ ਕਹਿ ਰਹੇ ਠੀਕ ਹੋ ਜੂਗਾ, ਕੋਈ ਗੱਲ ਨੀ, ਤੁਸੀਂ ਦਵਾਈ ਲਗਾ, ਇੰਜੈਕਸ਼ਨ ਵਗੈਰਾ ਲਗਵਾ ਲੈ। ਮੋਰ ਸਿੰਘ ਨਗਰ 7 ਨੰਬਰ ਗਲੀ।